ਅਸੀਂ ਅੱਜ ਜਿਹੜਾ ਧਰਨਾ ਦੇ ਰਹੇ ਸਾਡੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਕੋ ਅੱਜ ਮੋਦੀ ਸਰਕਾਰ ਨੇ ਆਪਣੀ CBI ਕੇ ਥਰੂ ਝੂਠੇ ਕੇਸ ਮੇ ਫਸਾਨੇ ਕੇ ਲਈ ਤਲਬ ਕੀਆ ਹੁਆ ਉਸਕੇ ਪ੍ਰੋਟੈਸਟ ਮੇ ਆਜ ਪੂਰੇ ਦੇਸ਼ ਕੇ ਜਿਤਨੇ ਹਮਾਰੇ ਵਲੰਟੀਅਰ ਜਿਤਨੇ ਹਮਾਰੇ ਆਗੂ ਹੈ ਸਭ ਲੋਕ ਧਰਨੇ ਦੇ ਰਹੇ ਦਿੱਲੀ ਮੇ ਧਰਨਾ ਹੋ ਰਿਹਾ ਸਭ ਜਗ੍ਹਾ ਪੇ ਹੋ ਰਿਹਾ ਇੱਧਰ ਵੀ ਸਭ MLA ਮੰਤਰੀ ਸਭ ਦੇ ਔਰ ਹਮ ਇੱਕ ਮੈਸੇਜ ਦੇਣਾ ਚਾਹਤੇ ਹੈ ਅਰਵਿੰਦ ਕੇਜਰੀਵਾਲ ਕੇ ਅਰਵਿੰਦ ਕੇਜਰੀਵਾਲ ਜੀ ਸਟਰਗਲ ਕਰੋ ਸੰਘਰਸ਼ ਕਰੋ ਹਮ ਆਪਕੇ ਸਾਥ ਹੈ ਉਹਨਾਂ ਚਿਰ ਤੱਕ ਹਮਾਰੀ ਜੰਗ ਜਾਰੀ ਰਹੇਗੀ ਜਿੰਨਾ ਚਿਰ ਤੱਕ ਇਹ ਦੇਸ਼ ਕੀ ਵਾਗਡੋਰ ਅਰਵਿੰਦ ਕੇਜਰੀਵਾਲ ਜੀ ਕੇ ਹੱਥ ਦੀ ਆ ਜਾਤੀ ਔਰ ਜਿੰਨਾ ਚਿਰ ਤੱਕ ਅਸੀਂ ਵੱਲ ਜਿਹੜਾ ਮੋਦੀ ਕੋ ਲੱਖ ਤੋੜ ਵੀ ਹਾਰ ਨਹੀਂ ਦੇਦੇ ਧਾਲੀਵਾਲ ਸਾਹਿਬ ਜਿਵੇਂ ਤੁਸੀਂ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਐਵੇਂ ਕਾਂਗਰਸ ਵਾਲੇ ਵੀ ਇਹ ਕਹਿ ਰਹੇ ਨੇ ਕਿ ਲਗਾਤਾਰ ਸਾਡੇ ਤੇ ਇਹ ਜਿਹੜਾ ਤਸ਼ੱਦਦ ਕੀਤੀ ਜਾ ਰਹੀ ਹੈ ਚਰਨਜੀਤ ਸਿੰਘ ਜੰਨੂ ਨੂੰ ਬੁਲਾਇਆ ਜਾ ਰਿਹਾ ਸਭ ਨੂੰ ਬੁਲਾਇਆ ਜਾ ਰਿਹਾ ਤੇ ਇਹ ਡਬਲ ਇਹ ਕਿਉਂ ਮਤਲਬ ਉੱਥੇ ਇਸ ਤਰ੍ਹਾਂ ਹੀ ਬੁਲਾ ਰਹੀ ਸੀਗੇ ਤੇ ਫਿਰ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਸਾਰੇ ਮੀਡੀਆ ਵਾਲੇ ਸਾਥੀ ਤੁਹਾਨੂੰ ਪਤਾ ਚੰਦੀ ਸਾਹਿਬ ਦੇ ਭੜੇਵੇਂ ਕੋ ਭਤੀਜੇ ਕੋ ਕਿੰਨਾ ਮਾਲ ਫੜਿਆ ਗਿਆ ਕੋਈ ਝੂਠ ਨਹੀਂ अरविंद केजरीवाल जी ने घर की कितनी बार तलाशी ली मनीष सिसोदिया के घर की कितनी बार तलाशी ली सर एक रुपया नहीं मिला कितने बहुत लीडर कितने चंदी होनी जरा सारा पंजाब लुट के खा जिस करके ऐसी कोई गल नहीं कि हर आदमी को एक ही नजर में ये बात नहीं पंजाब में भी हम जिन लोगों ने करप्शन की है उनके खिलाफ लड़े और लड़ते रहेंगे करप्शन को पंजाब से खत्म करना हमारा एजेंडा मान साहब की सरकार का एजेंडा